ਇਹ ਗੁਰੂ ਗ੍ਰੰਥ ਸਾਹਿਬ ਤੇ ਜਿਹੜੇ ਲਗਾਤਾਰ ਹਮਲੇ ਹੋ ਰਹੇ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ 2014 ਦੇ ਵਿੱਚ ਜਦੋਂ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਤਾਕਤ 'ਚ ਆਇਆ ਉਹ ਤੋਂ ਬਾਅਦ ਪੰਜਾਬ 'ਚ ਲਗਾਤਾਰ ਇਹ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਵਾ ਇਸ ਦੀ ਮੰਸ਼ਾ ਜਿਹੜੀ ਆ ਜ਼ਾਹਰਾ ਰੂਪ 'ਚ ਇਹੀ ਆ ਜਿਹੜੀ ਸਾਨੂੰ ਆਪਣੀ ਸਮਝ ਅਨੁਸਾਰ ਦੱਸਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਤੇ ਹਮਲੇ ਕਰੋ ਅਤੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਤੋੜੋ ਅਤੇ ਹਮਲਿਆਂ ਨੂੰ ਇੰਨਾ ਆਮ ਬਣਾ ਦਿਓ ਕਿ ਸਿੱਖਾਂ ਨੂੰ ਇੱਕ ਆਮ ਜਿਵੇਂ ਅਖਬਾਰ 'ਚ ਰੋਜ਼ ਦੀ ਛਪਦੀ ਹੋਈ ਖਬਰ ਜਾਪੇ ਅਤੇ ਜਿਹੜਾ ਇਹ ਅੱਜ ਦਾ ਜੋ ਕੁਛ ਵਾਪਰਿਆ ਇਹਨੇ ਬੜੇ ਹਿਰਦੇ ਛਲਣੀ ਕੀਤੇ ਆ ਜਿਹੜੇ ਇਲਾਕੇ 'ਚ ਆਪਾਂ ਖੜ੍ਹੇ ਹਾਂ ਇਹ ਇਲਾਕਾ ਮਾਝੇ ਦਾ ਮਜੀਠਾ ਖੇਤਰ ਆ ਇੱਥੇ ਹੋਰ ਵੀ ਅਸਥਾਨ ਨੇ ਛੇਵੇਂ ਪਾਤਸ਼ਾਹ ਦਾ ਜਾਂ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦਾ ਤਾਂ ਜਦੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਲ ਆਉਂਦੀ ਆ ਤਾਂ ਇਹ ਜਿਹੜਾ ਥਾਂ ਵਾ ਬਾਬਾ ਬੁੱਢਾ ਜੀ ਦਾ ਜਨਮ ਅਸਥਾਨ ਆ ਬਾਬਾ ਬੁੱਢਾ ਜੀ ਜਿਹੜੇ ਗੁਰੂ ਸਾਹਿਬ ਜੀ ਦੇ ਬਹੁਤ ਅਨੰਨ ਸੇਵਕ ਹੋਏ ਅਤੇ ਛੇਵੀਂ ਪਾਤਸ਼ਾਹ ਤੱਕ ਮਹਾਰਾਜ ਨੂੰ ਤਿਲਕ ਦੀ ਸੇਵਾ ਜਿਹੜੀ ਉਹ ਕਰਦੇ ਰਹੇ ਅਤੇ ਤਕਰੀਬਨ ਕਹਿ ਸਕਦੇ ਹਾਂ ਕਿ ਛੇ ਪਾਤਸ਼ਾਹੀਆਂ ਦਾ ਸੰਗ ਬਾਬਾ ਬੁੱਢਾ ਜੀ ਨੇ ਕੀਤਾ ਬੜੇ ਮਹਾਨ ਸਿੱਖ ਹੋਏ ਆ ਸੋ ਇਹ ਜਨਮ ਅਸਥਾਨ ਆ ਇੱਥੋਂ ਫਿਰ ਬਾਬਾ ਜੀ ਰਮਦਾਸ ਵਾਲੀ ਥਾਂ 'ਤੇ ਉੱਥੇ ਵਾਹੀ ਜੋਤੀ ਜਾਂ ਜ਼ਮੀਨ ਉੱਥੇ ਸੀ ਪਰ ਇਹ ਜਿਹੜਾ ਵਾ ਉਹਨਾਂ ਦਾ ਜਿਹੜਾ ਜਨਮ ਆ ਉਹ ਇਸ ਕਥੂਨੰਗਲ 'ਚ ਹੋਇਆ ਜੀ ਘਟਨਾ ਵੀ ਉਸੇ ਗੁਰਦੁਆਰਾ ਸਾਹਿਬ 'ਚ ਵਾਪਰੀ ਨਾ ਜਨਮ ਅਸਥਾਨ ਸੀ ਜਿੱਥੇ ਬਾਬਾ ਬੁੱਢਾ ਜੀ ਦਾ ਹੋਇਆ ਸੀ ਉੱਥੇ ਅਤੇ ਘਟਨਾ ਦਾ ਕ੍ਰਮ ਹੋਇਆ ਕਿੰਨੇ ਕੁ ਵਜੇ ਸੀ ਪਤਾ ਲੱਗਾ ਕਾਰਨ ਕੀ ਸੀ ਪਿੱਛੇ ਬੀਬੀ ਜਿਹੜੀ ਕਰਨ ਵਾਲੀ ਉਹ ਅਰੈਸਟ ਕਰ ਲਈ ਗਈ ਹੈ ਇਹਦੇ ਬਾਰੇ ਕੁਛ ਸਮਝ ਲੱਗੀ ਹੈ ਮੈਂ ਸਾਰੀ ਗੱਲ ਦੱਸਾਂ ਕਿ ਇੱਥੇ ਦੋ ਅਸਥਾਨ ਨੇ ਜਿਹੜੇ ਜਨਮ ਅਸਥਾਨ ਦੇ ਰੂਪ 'ਚ ਦੋ ਅਸਥਾਨ ਆ ਇੱਕ ਵੱਡਾ ਗੁਰਦੁਆਰਾ ਸਾਹਿਬ ਹੈ ਜਿਹੜੇ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਚੱਲਦਾ ਇਹ ਦੂਸਰਾ ਗੁਰਦੁਆਰਾ ਸਾਹਿਬ ਸੜਕ ਦੇ ਉੱਤੇ ਆ ਇਸ ਨੂੰ ਵੀ ਜਨਮ ਅਸਥਾਨ ਹੀ ਕਹਿੰਦੇ ਆ ਸਿਮਿਲਰ ਨੇਮ ਦੇ ਉੱਤੇ ਇਹ ਗੁਰਦੁਆਰਾ ਵਾ ਇੱਥੇ ਕਾਰਸੇ ਵਾਲੇ ਸ਼ਾਇਦ ਬਾਬਾ ਜੈਪ ਸਿੰਘ ਜੀ ਆ ਗੁਰੂ ਕੇ ਬਾਗ ਵਾਲੇ ਉਹਨਾਂ ਦਾ ਲੰਗਰ ਸਾਰੀ ਦਿਹਾੜੀ ਚੱਲਦਾ ਰਹਿੰਦਾ ਇਹ ਇੱਕ ਤਰ੍ਹਾਂ ਦੀ ਜਿਹੜੀ ਅੰਮ੍ਰਿਤਸਰ ਤੋਂ ਸ਼੍ਰੀਨਗਰ ਜਾਂ ਪਠਾਨਕੋਟ ਵਾਲੀ ਜਿਹੜੀ ਸੜਕ ਆ ਉਹਦੇ 'ਤੇ ਹੋਣ ਕਰਕੇ ਜਿਹੜੇ ਟਰੱਕਾਂ ਵਾਲੇ ਭਾਊ ਆ ਉਹ ਅਕਸਰ ਰੁਕਦੇ ਆ ਪ੍ਰਸ਼ਾਦਾ ਪਾਣੀ ਨਹਾਉਣ ਧੋਣ ਦਾ ਜਿਵੇਂ ਗੁਰੂ ਦਾ ਦਰ ਸਾਰਿਆਂ ਲਈ ਖੁੱਲ੍ਹਾ ਵਾ ਅਤੇ ਨਿਸ਼ਾਨ ਸਾਹਿਬ ਝੁੱਲਦਾ ਅਤੇ ਹਰੇਕ ਨੂੰ ਆਸ ਹੁੰਦੀ ਆ ਅਤੇ ਇੱਥੇ ਕੀ ਹੋਇਆ ਕਿ ਅੱਜ ਸਵੇਰੇ 10:30 ਦੀ ਗੱਲ ਆ ਮੈਨੂੰ ਇੱਥੇ ਆਪਣੇ ਇਲਾਕੇ 'ਚੋਂ ਲੋਕਲ ਇੱਕ ਪੱਤਰਕਾਰ ਵੀਰ ਦਾ ਫੋਨ ਆਇਆ ਕਿ ਪਤਾ ਲੱਗਾ ਕਿ ਕਥੂਨੰਗਲ ਸਾਹਿਬ ਬੇਅਦਬੀ ਹੋਈ ਆ ਉੱਥੋਂ ਫਿਰ ਜਿਵੇਂ ਸਾਨੂੰ 1 ਵਜੇ ਤਕਰੀਬਨ ਪਤਾ ਲੱਗਾ ਅਤੇ 20-25 ਮਿੰਟਾਂ 'ਚ ਸਾਡਾ ਪਿੰਡ ਬਹੁਤੀ ਦੂਰ ਨਹੀਂ 8 ਕਿਲੋਮੀਟਰ ਇੱਥੋਂ ਅਤੇ ਆਪਾਂ ਇੱਥੇ ਆ ਗਏ ਹੋਰ ਵੀ ਪਿੰਡ ਦੇ ਸਿੰਘ ਆਏ ਸੀ ਜਾਂ ਦੂਰੋਂ ਦਰਾਡਿਓਂ ਹੀ ਇੱਥੇ ਆਏ ਹੋਏ ਆ ਜਿਹੜੀ CCTV ਫੁਟੇਜ ਵੇਖੀਏ ਜਿਹੜੀ SCPC ਦੇ ਕੋਲ DVR ਸਿਸਟਮ ਹੈ ਉਹਦੇ 'ਚ 10:33 ਤੱਕ ਬੇਅਦਬੀ ਹੋ ਚੁੱਕੀ ਸੀ ਸੋ ਇਹ ਕੁਝ ਮਿੰਟਸ ਦੇ ਵਿੱਚ ਵਾਪਰਿਆ 10:29 ਤੋਂ ਲੈ ਕੇ 10:33 ਦੇ ਵਿਚਾਲੇ 4-5 ਮਿੰਟਾਂ 'ਚ ਇਹ ਜਿਹੜਾ ਵਾ ਸਾਡਾ ਹਿਰਦੇ ਵਲੂੰਦਣ ਵਾਲੀ ਜਿਹੜੀ ਗੱਲ ਵਾਪਰੀ ਉਹਦੇ 'ਚ ਇਹ ਦਿਸਦਾ ਕਿ ਜਿਵੇਂ ਉਹ ਔਰਤ ਭਾਰੇ ਸਰੀਰ ਦੀ ਆ ਉਹਨੇ ਫਿਰੋਜੀ ਜਿਹੇ ਰੰਗ ਦਾ ਸੂਟ ਪਾਇਆ ਹੋਇਆ ਸਿਰ ਉਹਨੇ ਕੱਜਿਆ ਹੋਇਆ ਜੇ ਉਹ ਅੰਦਰ ਦਾਖਲ ਹੁੰਦੀ ਆ ਉਹਦੇ 'ਚ ਕੋਈ ਨੋਟ ਆ ਨੋਟ ਰੱਖ ਕੇ ਮੱਥਾ ਟੇਕਦੀ ਆ ਫਿਰ ਥੋੜ੍ਹਾ ਆਸੇ ਪਾਸੇ ਵੇਖਦੀ ਆ ਜਦੋਂ ਉਹ ਮਹਾਰਾਜ ਦੇ ਪਿਛਲੇ ਪਾਸੇ ਜਿੱਥੇ ਆਪਾਂ ਖੜ੍ਹ ਕੇ ਚੌਰ ਕਰਦੇ ਹਾਂ ਉੱਥੇ ਜਦੋਂ ਘੁੰਮਣ ਲੱਗਦੀ ਆ ਖੱਬੀ ਨੁੱਕਰ 'ਤੇ ਉਹਨੇ ਮਹਾਰਾਜ ਦਾ ਰੁਮਾਲਾ ਖਿੱਚਿਆ ਅਤੇ ਉੱਥੇ ਕੁਦਰਤੀ 2-3 ਸੰਗਤ ਦੇ ਸਰੀਰ ਜਿਹੜੇ ਹਾਜ਼ਰ ਸਨ ਫਿਰ ਉਹਨੇ ਮਹਾਰਾਜ ਦੇ ਸਰੂਪ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਜਿਹੜੀ ਫੁਟੇਜ ਤੁਸੀਂ ਵੇਖੀ ਹੋਊਗੀ ਉਹ 'ਚ ਮਹਾਰਾਜ ਦੇ ਅੰਗਾਂ ਨੂੰ ਉਹਦੇ ਹੱਥ ਵੱਜੇ ਆ ਜੇ ਉੱਥੇ ਸੰਗਤ ਨਾ ਆਉਂਦੀ ਤਾਂ ਖੌਰੇ ਉਹ ਅੰਗਾਂ ਨੂੰ ਪਾੜ ਹੀ ਦਿੰਦੀ ਸੋ ਇਹ ਗੱਲ ਵਾਪਰੀ ਉਹ ਤੋਂ ਬਾਅਦ ਕੀ ਵੇਖਣ ਨੂੰ ਮਿਲਿਆ ਕਿ ਜਿਹੜੇ 2 ਸੇਵਾਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਥੇ ਤਾਇਨਾਤ ਸਨ ਇੱਕ ਸ਼ਾਇਦ ਪ੍ਰਸ਼ਾਦ ਵੰਡਣ ਵਾਲਾ ਸਿੰਘ ਕਹਿ ਲਓ ਇੱਕ ਸੇਵਾਦਾਰ ਜਾਂ ਚੋਹ ਵਾਲਾ ਜਿਹੜਾ ਹੱਥ 'ਚ ਵਰਸ਼ਾ ਰੱਖ ਕੇ ਤਾਂ ਸੇਵਾ ਨਿਭਾਉਂਦੇ ਆ ਉਹ ਜਾਂ ਤਾਂ ਉੱਥੇ ਮੈਂ ਕਹਿ ਨਹੀਂ ਸਕਦਾ ਵੀ ਉਹ ਹਾਜ਼ਰ ਸਨ ਜੇ ਉਹ ਹਾਜ਼ਰ ਸਨ ਤਾਂ ਉਹਨਾਂ ਨੇ ਉਸ ਔਰਤ ਨੂੰ ਕਾਬੂ ਕਿਉਂ ਨਹੀਂ ਕੀਤਾ CCTV ਦੇਖਿਆ ਹੀ ਕੋਈ ਨਹੀਂ ਨਾ ਉਹ ਤਾਂ ਮੱਥਾ ਟੇਕਣ ਵਾਲੇ ਸੀ ਵੀਰ ਪਰਮਜੀਤ ਜੀ ਉਹ ਜੇ ਵੇਖੀ ਆਪਾਂ ਤੁਸੀਂ ਸਾਰਿਆਂ ਨੇ ਵੇਖੀ ਆ ਬਲਬੀਰ ਸਿੰਘ ਮੁੱਛਲ ਸਾਰਿਆਂ ਨੇ ਤੁਸੀਂ ਵੇਖੀ ਹੋਊਗੀ ਉਹ ਆਉਂਦੇ ਆ ਪਿੱਛੇ ਉਹ ਵੀਰ ਅਤੇ 1-2 ਭੈਣਾਂ ਹੋਰ ਆਉਂਦੀਆਂ ਵਾ ਉਹੋ ਹੀ ਚੌਰ ਸਾਹਿਬ ਕਰਨ ਡਿਆ ਵੀਰ ਉਹ ਡੱਬੀ ਵਾਲੀ ਸ਼ਰਟ ਪਾਈ ਹੁੰਦੀ ਉਹੋ ਹੀ ਚੌਰ ਸਾਹਿਬ ਕਰਦਾ ਸੇਵਾਦਾਰ ਤਾਂ ਕੋਈ ਮੌਜੂਦ ਨਹੀਂ ਸੀ ਸੰਗਤ ਸੀ ਅਤੇ ਜਦੋਂ ਉਹ ਔਰਤ ਗੁਰੂ ਦੇ ਸਾਹਿਬ ਦੇ ਅਗਲੇ ਪਾਸੇ ਆਣ ਕੇ ਖੜ੍ਹ ਜਾਂਦੀ ਆ ਮੈਂ ਬੰਦੇ ਗਿਣੇ ਗਿਣਤੀ 'ਚ 10 ਬੰਦੇ ਸਨ ਉੱਥੇ 10 ਬੰਦਿਆਂ ਕੋਲ ਔਰਤ ਨਾਲ ਕਾਬੂ ਕੀਤੀ ਗਈ ਫਿਰ ਬਾਹਰ ਆਣ ਕੇ ਕੀ ਵੇਖਿਆ ਕਿ ਇੱਕ ਲਾਲ ਪੱਗ ਵਾਲਾ ਬੰਦਾ ਜਿਹੜਾ ਉਸ ਔਰਤ ਦੇ ਨਾਲ ਆਏ ਹੋਏ ਮਰਦ ਨੂੰ ਕੋਈ ਗੱਲ ਪਾਸੇ ਕਰਕੇ ਕਹਿੰਦਾ ਵਾ ਫਿਰ ਉਹ ਬੰਦਾ ਜੇ ਜੁੱਤੀ ਪਾ ਹੀ ਰਿਹਾ ਹੁੰਦਾ ਉਹ ਜੁੱਤੀ ਉਹਦੇ ਪੈਰਾਂ 'ਚ ਅਜੇ ਪਾਈ ਹੁੰਦੀ ਆ ਅਤੇ ਉਹ ਸੈੱਟ ਕਰ ਰਿਹਾ ਪੈਰਾਂ ਨੂੰ ਪੱਬਾਂ ਆਪਣਿਆਂ ਨੂੰ ਉਹ ਬੰਦਾ ਲਾਲ ਪੱਗ ਵਾਲਾ ਉਸ ਨੂੰ ਖਿਸਕ ਜਾਣ ਲਈ ਵੀ ਗੱਲ ਕਰਦਾ ਵਾ ਉਹ ਜਦੋਂ ਉਹ ਦੋਹਰੇ ਘੁੰਮ ਕੇ ਗੱਡੀ ਤੋਂ ਦੀ ਉੱਤੋਂ ਦੀ ਆਉਂਦਾ ਅਤੇ ਉਹ ਇਸ਼ਾਰਾ ਮਾਤਰ ਹੱਥ ਨਾਲ ਕਹਿੰਦਾ ਜੀ ਚਲੇ ਜਾਓ ਹੁਣ ਉਹ ਵੀ ਪੁਲਿਸ ਨੇ ਨਾਮਜ਼ਦ ਕੀਤਾ ਹੋਇਆ ਜਿਹੜੀ ਹੁਣ ਤੱਕ ਦੀ ਗੱਲ ਅਸੀਂ ਇੱਥੇ ਲੋਕਲ ਜਿਹੜੇ DSP ਆ
ਸਾਡੇ ਮਜੀਠਾ ਖੇਤਰ ਦੇ ਉਹਨਾਂ ਨੂੰ ਮਿਲੇ ਆ ਤੇ ਮੇਰੇ ਨਾਲ ਆਗੂ ਸਹਿਬਾਨ ਵੀ ਸਨ ਜਿਹੜੇ ਸਾਡੇ ਪੰਥ ਤੌਰ ਤੇ ਆਏ ਹੋਏ ਆ ਪਰਮਜੀਤ ਸਿੰਘ ਅਕਾਲੀ ਭਾਈ ਬਲਬੀਰ ਸਿੰਘ ਮੁੱਛਲ ਤੇ ਕੁਝ ਹੋਰ ਵੀ ਜਿਹੜੇ ਲੋਕਲ ਐਸਸੀਪੀਸੀ ਵੱਲੋਂ ਸਰਦਾਰ ਸਿਆਲਕਾ ਵੀ ਨਾਲ ਹੀ ਸਨ ਹੁਣ ਉੱਥੇ ਇਹ ਗੱਲ ਹੋਈ ਉਹਨਾਂ ਨੇ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ ਕਿ ਟੋਟਲ 5 ਇਨਸਾਨ ਨਾਮਜ਼ਦ ਕੀਤੇ ਆ ਇੱਕ ਉਹ ਜਿਹੜੀ ਸਿੱਧੇ ਤੌਰ ਤੇ ਦੋਸ਼ੀ ਔਰਤ ਆ ਜਾਂ ਉਹ ਕੁੜੀ ਆ 28-30 ਸਾਲ ਦੀ ਜਾਂ ਜੋ ਬੀਬੀ ਆ ਇੱਕ ਉਹ ਤੇ ਉਸ ਦੇ ਨਾਲ ਉਹਦਾ ਕੋਈ ਮਰਦ ਬੰਦਾ ਉਹਦਾ ਪਿਓ ਜਾਂ ਕੋਈ ਰਿਸ਼ਤੇਦਾਰ ਉਹਦਾ ਦੱਸਿਆ ਜਾਂਦਾ ਦੋ ਉਹ ਨੇ ਤੀਸਰਾ ਉਹ ਬੰਦਾ ਜਿਹੜਾ ਇੱਥੋਂ ਕੋਈ ਭੂਆ ਪਿੰਡ ਆ ਉੱਥੋਂ ਦਾ ਨੰਬਰਦਾਰ ਦੱਸੀ ਦਾ ਉਹ ਵੀ ਨਾਮਜ਼ਦ ਜਿਹਨੇ ਇਸ਼ਾਰਾ ਕੀਤਾ ਉਹਨੂੰ ਵੀ ਸਾਜਿਸ਼ ਦੇ ਵਿੱਚ ਜਾਂ ਇਸ ਸਾਰੇ ਸੀਨ 'ਚ ਇਨਵੋਲਵ ਕਰਕੇ ਪੁਲਿਸ ਨੇ ਤੀਜਾ ਉਹ ਨਾਮਜ਼ਦ ਕੀਤਾ ਦੋ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਕਹਿ ਲਓ ਸੇਵਾਦਾਰ ਕਹਿ ਲਓ ਉਹ ਵੀ ਫਿੱਟ ਕੀਤੇ ਆ ਟੋਟਲ 5 ਬੰਦਿਆਂ 'ਤੇ ਇਹ ਪਰਚਾ ਹਾਂਜੀ 5 ਬੰਦਿਆਂ 'ਤੇ ਪਰਚਾ ਇਹ ਹੋ ਚੁੱਕਾ ਬਾਕੀ ਪਰਮਜੀਤ ਸਿੰਘ ਅਕਾਲੀ ਹੋਣਾ ਮੈਨੂੰ ਦੱਸਿਆ ਕਿ ਇਹਨਾਂ ਨੂੰ ਪੁਲਿਸ ਨੇ ਉਸ ਔਰਤ ਦੀ ਫੁਟੇਜ ਦਿਖਾਈ ਆ ਕਿ ਉਹਨੂੰ ਹਿਰਾਸਤ 'ਚ ਜਾਂ ਆਪਣੀ ਗ੍ਰਿਫਤ 'ਚ ਲੈ ਲਿਆ ਗਿਆ ਅਤੇ ਇਹ ਅੱਗੇ ਉਹ ਤੁਹਾਨੂੰ ਵਧੇਰੇ ਦੱਸ ਦਿੰਦੇ ਆ।